ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੋ ਅੱਜ ਅਸੀਂ ਗੱਲ ਕਰਾਂਗੇ ਵੀ ਜਿਵੇਂ ਹੁਣ ਆਉਣ ਵਾਲਾ ਸਮਾਂ ਬਰਸਾਤਾਂ ਹੋਣੀਆਂ ਅਤੇ ਬਰਸਾਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਬਿਮਾਰੀ ਹੋਣੀ ਆ ਰੇਸ਼ਾ, ਖੰਘ, ਬੁਖਾਰ, ਛਿੱਕਾਂ। ਤੋ ਇਹਦੇ ਲਈ ਇਹ ਹੁੰਦਾ ਵੀ ਜਿਸ ਵੇਲੇ ਕਿਸੇ ਵੇਲੇ ਸ਼ੁਰੂਆਤ ਹੁੰਦੀ ਆ, ਸਭ ਤੋਂ ਪਹਿਲਾਂ ਜਿਹੜੀ ਹੋਮਿਓਪੈਥਿਕ ਦੀ ਦਵਾਈ ਆ ਐਕੋਨਾਈਟ, ਐਕੋਨਾਈਟ ਜਿਹੜੀ ਆ ਕੋਈ ਬਿਮਾਰੀ ਸ਼ੁਰੂ ਹੋਣ 'ਤੇ ਆਪਾਂ ਦੇਵਾਂਗੇ ਤਾਂ ਉੱਥੇ ਜਿਹੜੀ ਬਿਮਾਰੀ ਆ ਰੁਕ ਜਾਏਗੀ। ਚਾਹੇ ਛਿੱਕਾਂ ਆ, ਚਾਹੇ ਜ਼ੁਕਾਮ ਹੋਇਆ, ਚਾਹੇ ਬੁਖਾਰ ਹੋਇਆ, ਕੁਛ ਵੀ ਹੋਇਆ, ਉੱਥੇ ਆਰਾਮ ਆ ਜਾਏਗਾ। ਅਤੇ ਉਸ ਤੋਂ ਇਲਾਵਾ ਫੈਰਮਫਾਸ ਦਵਾਈ ਵੀ ਜਿਹੜੀ ਆ ਇਹਦੇ ਨਾਲ ਨਾਲ ਕੰਮ ਕਰਦੀ ਹੈਗੀ, ਇਹਨੂੰ ਬਾਇਓਕੈਮਿਕ 'ਚ ਵੀ ਤੁਸੀਂ ਦੇ ਸਕਦੇ ਨਾਲ। ਇਸ ਤੋਂ ਅੱਗੇ ਜੇਕਰ ਇੱਕ ਦੋ ਦਿਨ ਬੀਤ ਜਾਂਦੇ ਆ ਤਾਂ ਉੱਥੇ ਫਿਰ ਆਪਾਂ ਕੰਪਾਊਂਡ ਬਣਾ ਕੇ ਦੇ ਸਕਦੇ ਹਾਂ ਦੋ ਤਿੰਨ ਦਵਾਈਆਂ ਦਾ, ਜਿਹਦੇ ਵਿੱਚ ਆਰਸੈਨਿਕ ਹੁੰਦੀ ਹੈ ਅਤੇ ਬਰਾਇਓਨੀਆ ਹੁੰਦੀ ਆ, ਐਂਟਮਟਾਟ ਹੁੰਦੀ ਆ, ਬੈਲਾਡੋਨਾ ਹੁੰਦੀ ਆ। ਇਸ ਤਰ੍ਹਾਂ ਅਸੀਂ ਫਿਰ ਦੇਖਿਆ ਵੀ ਇਹਦੇ ਵਿੱਚ ਸ਼ੱਕ ਪੈ ਜਾਂਦਾ ਕਈ ਵਾਰੀ ਬਈ ਹੋਵੇ ਨਾ ਹੋਵੇ ਕਿਤੇ ਇਹ ਡੇਂਗੂ ਹੀ ਨਾ ਹੋਵੇ, ਅਤੇ ਉਹਦੇ ਵਿੱਚ ਯੋਟੇਰੀਅਮ ਪਰਕ ਵੀ ਅਸੀਂ ਐਡ ਕਰ ਲਈਏ। ਵੈਸੇ ਵੀ ਛਿੱਕਾਂ ਜ਼ੁਕਾਮ 'ਚ ਵੀ ਇਹ ਕੰਮ ਆਉਂਦੀ ਆ। ਤੋ ਇਹ ਪੰਜ ਦਵਾਈਆਂ ਦਾ ਕੰਪਾਊਂਡ ਅਸੀਂ ਜਿਹਨੂੰ ਬਣਾ ਲਈਏ ਤਾਂ ਇਹ ਅਸੀਂ ਜਿਹੜਾ ਤਿੰਨ ਚਾਰ ਵਾਰੀ ਦਿਨ 'ਚ ਦਈਏ ਤਾਂ ਇਹਦੇ ਨਾਲ ਖੰਘ, ਰੇਸ਼ਾ, ਜ਼ੁਕਾਮ, ਛਿੱਕਾਂ ਸਾਰਾ ਕੁਛ ਠੀਕ ਰਹਿੰਦਾ ਅਤੇ ਬਚਾ ਲਏ ਵੀ ਇਹ ਇਮਿਊਨਿਟੀ ਦੇ ਲਈ ਵੀ ਕੰਮ ਕਰਦੀ ਆ। ਆਰਸੈਨਿਕ ਦਵਾਈ ਵਿੱਚ ਹੁੰਦੀ ਆ, ਇਹਦੇ ਨਾਲ ਬਾਇਓਕੈਮਿਕ ਪੰਜ ਨੰਬਰ ਜਿਹੜਾ ਉਹ ਦਿੱਤਾ ਜਾ ਸਕਦਾ। ਜੇ ਕਿਸੇ ਨੂੰ ਖੰਘ ਜ਼ਿਆਦਾ ਹੋਵੇ ਉਹਨੂੰ ਫਿਰ ਅਸੀਂ ਕਫ ਸਿਰਪ ਨਾਲ ਥੋੜ੍ਹਾ ਬਹੁਤ ਦੇ ਸਕਦੇ ਹਾਂ। ਅਤੇ ਬਾਕੀ ਇਹ ਆ ਬਈ ਜਿਹੜੇ ਖੰਘ ਦੇ ਮਰੀਜ਼ ਆ ਉਹਦੀ ਅਸੀਂ ਗੱਲ ਅਲੈਦਾ ਕਰਾਂਗੇ। ਇਹ ਤਾਂ ਸਿਰਫ ਇੰਨਾ ਆ ਬਈ ਜਿਹਨਾਂ ਨੂੰ ਇਹ ਪ੍ਰੋਬਲਮ ਆਈ ਆ ਉਹ, ਇਹਦੇ ਵਿੱਚ ਇਹ ਹੈਗਾ ਵੀ ਰੇਸ਼ਾ ਵਾਲੀਆਂ ਚੀਜ਼ਾਂ ਦਾ ਅਸੀਂ ਪਰਹੇਜ਼ ਰੱਖਣਾ ਹੈਗਾ ਕਿਉਂਕਿ ਆਉਣ ਵਾਲਾ ਸਮਾਂ ਬਰਸਾਤਾਂ ਦੇ ਵਿੱਚ ਜਿਹੜਾ ਅੱਜ ਕੱਲ੍ਹ ਗਰਮੀ ਦਾ ਰਾਜ ਚੱਲ ਰਿਹਾ ਹੈ ਉਸ ਵੇਲੇ ਰੇਸ਼ਾ ਦਾ ਰਾਜ ਹੋ ਜਾਣਾ, ਅਤੇ ਇਸ ਕਰਕੇ ਰੇਸ਼ਾ ਵਾਲੀਆਂ ਦਵਾਈਆਂ ਦਾ ਨਾਲ ਪਰਹੇਜ਼ ਰੱਖਣਾ। ਕੋਈ ਨਾ ਕੋਈ ਘਰੇਲੂ ਟੋਟਕਾ ਜਿਹੜਾ ਅਸੀਂ ਇਹ ਵਰਤ ਸਕਦੇ ਹਾਂ, ਪਰ ਇੰਨੀਆਂ ਦਵਾਈਆਂ ਵੀ ਨਾ, ਇੰਨੀਆਂ ਚੀਜ਼ਾਂ ਵੀ ਨਾ ਖਾ ਲਈਏ ਗਰਮ, ਗਰਮੀ ਪੈ ਜਾਏ ਅਤੇ ਉਹ ਫਿਰ ਅਸੀਂ ਸਰਦੀਆਂ ਜਾਂ ਆਮ ਵਰਤਦੇ ਰਹੇ ਹਾਂ ਵੀ ਉਹਦੇ ਲਈ ਫਿਰ ਗਰਮੀ ਦੂਰ ਕਰਨ ਲਈ ਦਹੀਂ 'ਚ ਜਿਹੜਾ ਮਿੱਠਾ ਸ਼ੱਕਰ ਵਗੈਰਾ ਪਾ ਕੇ ਜਾਂ ਲੱਸੀ ਮਿੱਠੀ ਉਹ ਲੈ ਲਈਦੀ ਆ, ਉਹਦੇ ਨਾਲ ਵੀ ਇਹ ਜਿਹੜਾ ਫਿਰ ਜ਼ੁਕਾਮ ਹੋਇਆ, ਛਿੱਕਾਂ ਹੋਈਆਂ ਉਹ ਠੀਕ ਹੋ ਜਾਂਦੇ ਆ। ਅਤੇ ਇਸ ਤਰੀਕੇ ਨਾਲ ਆਪਾਂ ਜਿਹੜਾ ਆ ਜਿਹੜਾ ਇਹ ਅਕਿਊਟ ਜਿਹੜਾ ਅੱਜ ਕੱਲ੍ਹ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ ਰੇਸ਼ਾ, ਜ਼ੁਕਾਮ, ਛਿੱਕਾਂ, ਖੰਘ ਉਹਦਾ ਇਲਾਜ ਆਪਾਂ ਕਰ ਸਕਦੇ ਹਾਂ।